असी सारी संगत जिहड़ी इस वेले बहुत ठंड दे विच बहुत औखे समय अपने घरवार कारोबार छड के दिल्ली जां दिल्ली रास्ते पहुंचे आ, क्योंकि जो तुसी कर रहे हो एक इतिहास बना रहे हो। जिहड़े भी कहिंदे भी पंजाब कुछ नहीं रह गया पंजाब दा, अज तुसी एक इन्ना वड्डा सुनेहा भेजिया सारी दुनिया नूं ਵੀ ਪੰਜਾਬ ਚੜ੍ਹਦੀ ਕਲਾ ਵਿੱਚ ਆ ਅਤੇ ਪੰਜਾਬ ਦੇ ਲੋਕ ਅਤੇ ਕਿਸਾਨ ਉਹ ਵੀ ਇੱਕ ਜੁੱਟ ਇੱਕ ਮੁੱਠ ਆ। ਅਤੇ ਦੂਜੀ ਅਸੀਂ ਜਿਹੜੇ ਸਾਡੇ ਸੇਵਾਦਾਰ ਲੱਗੇ ਹੋ ਆ ਖਾਲਸਾ ਏਡ ਦੇ ਸੇਵਾਦਾਰ, ਦਿਨ ਦਿਹਾੜੀ 30-35 ਸ਼ਾਇਦ 40 ਵੀ ਹੋ ਸਕਦੇ ਹੁਣ, ਜਿਹੜੇ ਭਈ ਚਾਹ ਪਾਣੀ ਵਰਤਾ ਰਹੇ ਆ, ਲੰਗਰ ਵਰਤਾ ਰਹੇ 24 ਘੰਟੇ। ਅਤੇ ਭਾਈ ਅਮਰਪ੍ਰੀਤ ਸਿੰਘ ਜਿਹੜੇ ਠੀਕ ਨਹੀਂ, ਆਪ ਮੂਹਰੇ ਹੋ ਕੇ ਸੇਵਾ ਕਰ ਰਹੇ, ਸਾਰੀ ਕੋਆਰਡੀਨੇਟ ਕਰ ਰਹੇ ਪੰਜਾਬ ਦੇ ਵਿੱਚ, ਹਰਿਆਣਾ ਵਿੱਚ ਅਤੇ ਦਿੱਲੀ ਵਿੱਚ, ਉਹਨਾਂ ਦਾ ਬਹੁਤ ਧੰਨਵਾਦ। ਉਹ ਵੀ ਆਪਣੀ ਯੰਗ ਫੈਮਿਲੀ ਛੱਡ ਕੇ ਮੂਹਰੇ ਹੋਏ ਹੋ ਆ। ਸੋ ਜਿਹੜੇ ਕਈ ਸੇਵਾਦਾਰ ਪਿੰਡਾਂ 'ਚੋਂ ਆਏ ਆ, ਮੈਂ ਦੇਖੀਆਂ ਫੋਟੋਆਂ, ਬੀਬੀਆਂ ਬਜ਼ੁਰਗ ਆ, ਪ੍ਰਸ਼ਾਦੇ ਬਣਾ ਰਹੇ ਆ, ਜਿੱਥੇ ਇੱਥੇ ਮੋਰਚਾ ਲੱਗਾ ਆ, ਜਿੱਥੇ ਕਿਸਾਨ ਤੁਰੇ ਉਹ ਰਸਤੇ ਵਿੱਚ, ਅਤੇ ਚੜ੍ਹਦੀ ਕਲਾ ਮੈਸੇਜ ਇੱਕ ਜਾ ਰਿਹਾ ਜਿਹੜਾ ਹੁੰਦਾ ਵੀ ਦੇਗ ਤੇਗ ਫਤਿਹ, ਤਾਂ ਪੰਥੀ ਦਾ ਜੀਤ ਹੋਣੀ ਆ। ਸੋ ਇਹਦੇ ਵਿੱਚ ਜਿਹੜੀ ਅਸੀਂ ਅੱਜ 2-3 ਜਿਹੜੀਆਂ ਪਈ ਸੁਨੇਹੇ ਆ, ਪਹਿਲਾਂ ਤਾਂ ਹੈਗਾ ਮੈਂ ਇਸ ਪੇਜ ਦੇ ਉੱਪਰ ਤੁਸੀਂ ਦੇਖੋਗੇ ਜਿੱਥੇ ਮੈਂ ਲਿਖਿਆ ਆ ਪੰਜਾਬੀ 'ਚ ਉੱਪਰ ਆ ਪੇਜ 'ਤੇ ਪੰਜਾਬ ਕਿਸਾਨ ਸੰਘਰਸ਼, ਉਹਦੇ ਥੱਲੇ ਇੱਕ ਲਿੰਕ ਲਾਈਓ ਆ, ਉਹ ਲਿੰਕ ਇੱਕ ਪੇਜ ਦੀ ਆ ਜਿਹੜਾ ਅਸੀਂ ਪੇਜ ਬਣਾਇਆ ਇੱਕ ਫੇਸਬੁੱਕ ਦਾ, ਉਹ ਲਿਖਿਆ ਕਿਸਾਨ ਦਾ ਪ੍ਰੋਟੈਸਟ ਜਿਹੜਾ। ਉਹਦੇ ਵਿੱਚ ਤੁਸੀਂ ਜਿੱਥੇ ਬੈਠੇ ਆ ਰੋਡ 'ਤੇ ਹਰਿਆਣੇ ਦਿੱਲੀ ਮੋਰਚੇ ਵਿੱਚ ਪ੍ਰੋਟੈਸਟ ਦੇ ਵਿੱਚ ਤੁਸੀਂ ਅਪਡੇਟ ਕਰ ਸਕਦੇ ਹੋ। ਪਰ ਮੇਰੀ ਇਹੀ ਬੇਨਤੀ ਆ ਭਾਈ ਤੁਸੀਂ ਐਵੇਂ ਫਾਲਤੂ ਚੀਜ਼ਾਂ ਵਿੱਚ ਲਿਖਿਓ, ਉਹ ਬਲੌਕ ਕਰ ਦੇਵਾਂਗੇ ਅਸੀਂ। ਇਹ ਹੈਗਾ ਆ ਤੁਸੀਂ ਅਪਡੇਟ ਦੇਣੀ ਆ ਕੀ ਹੋ ਰਿਹਾ, ਜੇ ਕੋਈ ਲੋੜ ਹੋਵੇ ਉੱਥੇ ਕੰਬਲਾਂ ਦੀ ਜਾਂ ਖਾਣ ਪੀਣ ਦੀ ਐਮਰਜੈਂਸੀ ਲੋੜ ਹੋਵੇ। ਇਹ ਅਸੀਂ ਪੇਜ ਇਕੱਲਾ ਖਾਲਸਾ ਨਹੀਂ ਖੋਲ੍ਹਿਆ, ਤੁਹਾਡੇ ਸਾਰਿਆਂ ਲਈ ਖੋਲ੍ਹਿਆ ਪੇਜ। ਇਹ ਪੇਜ 'ਤੇ ਜਾ ਕੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ ਭਾਈ ਕੀ ਹੋ ਰਿਹਾ ਜਿੱਥੇ ਤੁਸੀਂ ਬੈਠੇ ਹਾਂ, ਗਾਹਾਂ ਕੀ ਹੋ ਰਿਹਾ, ਇੱਕ ਸਲਾਹ ਦੇਣੀ ਹੋਵੇ ਅਤੇ ਉਹ ਵੀ ਅਸੀਂ ਇਹ ਪੇਜ ਮੋਨੀਟਰ ਕਰਾਂਗੇ। ਸਾਡੀ ਵਾਈਫ ਆ ਬਲਵਿੰਦਰ ਕੌਰ, ਉਹ ਮੋਨੀਟਰ ਕਰੂਗੀ, ਉਹਨਾਂ ਦਾ ਆਈਡੀਆ ਸੀਗਾ ਪੇਜ ਦਾ। ਅਤੇ ਇਹਦੇ ਵਿੱਚ ਇਹ ਨਹੀਂ ਪਏ ਅਸੀਂ ਇਹ ਵੀ ਆਪ ਇਹ ਨਹੀਂ ਪਈ ਜਿਹੜੀ ਇਨਫੋਰਮੇਸ਼ਨ ਆਊਗੀ ਭਾਈ 100% ਠੀਕ ਹੋਊਗੀ, ਕਿਉਂਕਿ ਅਸੀਂ ਦੇਖਾਂਗੇ ਉਹ ਇਨਫੋਰਮੇਸ਼ਨ ਚੈੱਕ ਕਰਾਂਗੇ। ਇਹ ਨਹੀਂ ਪਏ ਕਿਸੇ ਨੇ ਇਨਫੋਰਮੇਸ਼ਨ ਪਾ ਦਿੱਤੀ ਲਓ ਜੀ ਮੋਹਰੇ ਕੁਛ ਹੋ ਰਿਹਾ ਆ ਅਤੇ ਤੁਸੀਂ ਪਿੱਛੇ ਵੀ ਐਕਸ਼ਨ ਲੈਣ ਲੱਗ ਪਾਓ। ਪਹਿਲਾਂ ਸਾਡਾ ਅਸੀਂ ਮੈਸੇਜ ਭੇਜਾਂਗੇ ਉਸ ਫੇਸਬੁੱਕ 'ਤੇ ਵੀ ਹਾਂ ਇਹ ਗੱਲ ਠੀਕ ਆ ਕਿ ਨਹੀਂ। ਸੋ ਪੋਸਟ ਤੁਸੀਂ ਪਾ ਸਕਦੇ ਹਾਂ ਜੇ ਕੋਈ ਮੈਡੀਕਲ ਐਮਰਜੈਂਸੀ ਆ ਗਈ, ਜੇ ਕਿਸੇ ਨੂੰ ਕੰਬਲਾਂ ਦੀ ਲੋੜ ਹੋਵੇ, ਜੇ ਕਿਸੇ ਦਾ ਟਰੈਕਟਰ ਖਰਾਬ ਹੋ ਗਿਆ ਹੋਵੇ, ਇਹਦੇ ਵਿੱਚ ਤੁਸੀਂ ਸਾਰੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਪੇਜ 'ਤੇ। ਅਸੀਂ ਤਾਂ ਬਹੁਤ ਮਿਨੀਮਲ ਕਰਾਂਗੇ, ਅਸੀਂ ਘੱਟ ਤੋਂ ਘੱਟ ਕਰਾਂਗੇ। ਇਹ ਪੇਜ ਤੁਹਾਡੇ ਲਈ ਸੈਟਅਪ ਕੀਤਾ ਵੀ ਤੁਸੀਂ ਇੱਕ ਦੂਜੇ ਨਾਲ ਇੱਕ ਇੱਕ ਥਾਂ ਹੋਵੇ, ਇੱਕ ਸੈਂਟਰ ਪੁਆਇੰਟ ਹੋਵੇ, ਇੱਕ ਥਾਂ 'ਤੇ ਜਿੱਥੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ, ਜਿੱਥੇ ਤੁਸੀਂ ਰੋਡ 'ਤੇ ਬੈਠੇ ਹੋਵੋਗੇ ਜਾਂ ਟਰੈਕਟਰ ਜਾਂ ਦਿੱਲੀ ਰਸਤੇ ਤੁਰੇ ਹੋਵੋਗੇ ਵੀ ਅਪਡੇਟ ਕੀ ਆ। ਉਹਦੇ ਵਿੱਚ ਇਹ ਤੁਹਾਡੀ ਅਪਡੇਟ ਹੋਊਗੀ, ਅਸੀਂ ਬਿਲਕੁਲ ਦੇਖਾਂਗੇ ਵੀ ਕੀ ਹੋ ਰਿਹਾ ਪੇਜ 'ਤੇ ਕੀ ਲੋੜ ਆ। ਇਹ ਇਕੱਲਾ ਨਹੀਂ ਭਾਈ, ਜੇ ਤੁਹਾਨੂੰ ਕੰਬਲ ਦੀ ਲੋੜ ਆ ਅਤੇ ਖਾਲ ਸਾਈਡ ਦੇ ਸੇਵਾਦਾਰ ਦੂਰ ਬੈਠੇ ਆ ਅਤੇ ਉੱਥੇ ਦੇਖਾਂਗੇ, ਅਸੀਂ ਅਪੀਲ ਕਰਾਂਗੇ ਕਿਹੜੀ ਜਥੇਬੰਦੀ ਕਿਹੜੀ ਸੰਸਥਾ ਲਾਗੇ ਆ ਉਹ ਤੁਹਾਡੀ ਮਦਦ ਕਰ ਸਕਦੀ ਆ, ਕਿਉਂਕਿ ਇਹ ਕਾਫੀ ਬਹੁਤ ਵੱਡਾ ਜਿਹੜਾ ਭਾਈ ਸੰਘਰਸ਼ ਜਿਹੜਾ ਭਾਈ ਪ੍ਰੋਟੈਸਟ ਚੱਲ ਰਿਹਾ ਇਸ ਵੇਲੇ, ਅਤੇ ਇਹ ਅਸੀਂ ਸਾਰੇ ਪਾਸੇ ਨਹੀਂ ਪਹੁੰਚ ਸਕਦੇ, ਪਰ ਉੱਥੇ ਬਹੁਤ ਹੀ ਚੜ੍ਹਦੀ ਕਲਾ ਸਿੱਖਾਂ ਦੀਆਂ, ਪੰਜਾਬੀਆਂ ਦੀਆਂ, ਕਈ ਹਰਿਆਣੇ ਦੀਆਂ ਜਥੇਬੰਦੀਆਂ ਦਿੱਲੀ ਦੀਆਂ ਵੀ ਚੱਲ ਰਹੀਆਂ ਸੇਵਾ 'ਤੇ, ਫਿਰ ਉਹਨਾਂ ਨੂੰ ਅਸੀਂ ਮੈਸੇਜ ਦੇ ਸਕਦੇ ਹਾਂ ਭਾਈ ਆਹ ਸੰਗਤ ਇੱਥੇ ਬੈਠੀ ਆ, ਇਹਨਾਂ ਨੂੰ ਆਹ ਚੀਜ਼ ਦੀ ਲੋੜ ਆ। ਉਹ ਵੀ ਅਸੀਂ ਕਨਫਰਮ ਕਰਾਂਗੇ, ਇਨਬੋਕਸ 'ਤੇ ਕਨਫਰਮ ਕਰਾਂਗੇ, ਫਿਰ ਤੁਹਾਨੂੰ ਮੈਸੇਜ ਭੇਜ ਦੇਵਾਂਗੇ। ਇਹ ਇੱਕ ਇੱਕ ਚੀਜ਼ ਬਣਾਈ ਆ ਜਿੱਥੇ ਤੁਸੀਂ ਸਾਰੇ ਇੱਕ ਥਾਂ, ਅਸੀਂ ਖਾਲਸਾ ਰੂਮ ਬਣਾਈ ਆ ਭਾਈ ਸਾਰੇ ਇੱਕ ਥਾਂ ਇੱਕ ਦੂਜੇ ਨੂੰ ਜਿੱਦਾਂ ਸਲਾਹ ਦੇ ਸਕਦੇ ਹਾਂ ਭਾਈ ਕੀ ਹੋਇਆ। ਕਈ ਵਾਰ ਲੱਗਦਾ ਨਹੀਂ ਪਤਾ ਭਾਈ ਕਿਹੜਾ ਪੇਜ ਦੇਖੀਏ ਕਿੱਥੇ ਦੇਖੀਏ।
ਕੀਤੀ ਹੈ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਭਾਈ ਕੀ ਕਿੱਥੇ ਹੋ ਰਿਹਾ ਸਾਨੂੰ ਪਤਾ ਨਹੀਂ ਕਿਹੜੀ ਖਬਰ ਠੀਕ ਆ ਨਹੀਂ ਠੀਕ ਆ ਕਈ ਵਾਰੀ ਸਾਡਾ ਕੋਈ ਸੈਂਟਰਲ ਪੁਆਇੰਟ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਇੱਕ ਸੈਂਟਰਲ ਪੁਆਇੰਟ ਹੋਣਾ ਚਾਹੀਦਾ ਜਿੱਥੇ ਸੰਗਤ ਦੇਖ ਸਕਦੀ ਆ ਅਪਡੇਟ ਕਰ ਸਕਦੀ ਆ ਭਾਈ ਦੂਜੇ ਜਿਹੜੇ ਗਾਹਾਂ ਜਾਂ ਪਿੱਛੇ ਆ ਉਹ ਵੀ ਅਪਡੇਟ ਹੋਣ ਭਾਈ ਪਿੱਛੇ ਲਾਠੀ ਚਾਰਜ ਹੋ ਰਹੀ ਆ ਅਤੇ ਮੂਹਰੇ ਲੰਗਰ ਵਰਤਾ ਰਹੇ ਆ ਸੇਫ ਆ ਮੂਹਰੇ ਜਾਣਾ ਮੂਹਰੇ ਗੋਲੀ ਤਾਂ ਨਹੀਂ ਚੱਲਦੀ ਕਿਸੇ ਨੂੰ ਕੋਈ ਲੋੜ ਤਾਂ ਨਹੀਂ ਇੱਥੇ ਬੈਠਿਆਂ ਨੂੰ ਕੋਈ ਬਜ਼ੁਰਗ ਤਾਂ ਨਹੀਂ ਬਿਮਾਰ ਹੋ ਗਿਆ ਸੋ ਇਹ ਤੁਹਾਡੇ ਲਈ ਸੈਟਅਪ ਕੀਤਾ ਤੁਸੀਂ ਸ਼ੇਅਰ ਕਰੋ ਹੋਏ ਪੇਜ ਜਿਹੜੇ ਵੀ ਉੱਥੇ ਮੁਜ਼ਾਹਰੇ 'ਤੇ ਹੈਗੇ ਜਿਹੜੇ ਪ੍ਰੋਟੈਸਟ 'ਤੇ ਸ਼ਿੰਗਾਰ 'ਚ ਇਸ ਵੇਲੇ ਬੈਠੇ ਆ ਰੋਡਾਂ 'ਤੇ ਅਸੀਂ ਤੁਹਾਡੇ ਨਾਲ ਹਾਂ ਕਈ ਵਾਰੀ ਹੁੰਦਾ ਜਿੱਦਾਂ ਦੇਖੋ ਜਦੋਂ 47 ਹੋਇਆ ਅਤੇ ਬੋਰਡਰ ਬਣਿਆ ਦੋਨੇ ਸਾਈਡਾਂ 'ਤੇ ਖੂਨ ਖਰਾਬੀ ਹੋਈ ਕੋਈ ਕਿਸੇ ਦਾ ਨਹੀਂ ਉੱਥੇ ਸੀਗਾ ਕੋਈ ਸੰਸਥਾ ਨਹੀਂ ਸੀਗੀ ਭਈ ਅਸੀਂ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ ਸੋ ਅੱਜ ਸੰਸਥਾ ਹੈਗੀ ਹੈ ਖਾਲਸਾ ਏਡ ਖਾਲਸਾ ਜਦੋਂ ਸ਼ੁਰੂ ਕੀਤੀ ਸੀਗੀ ਮੈਨੂੰ ਕਹਿੰਦੇ ਪੰਜਾਬ ਨੂੰ ਕੀ ਫਾਇਦਾ ਹੋ ਰਿਹਾ ਖਾਲਸਾ ਏਡ ਦਾ ਤਾਂ ਜਦੋਂ ਕਿਹਾ ਤੁਸੀਂ ਸੋਚੋ ਖਾਲਸਾ ਏਡ ਦਾ ਪੰਜਾਬ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਇਨਸਾਨੀਅਤ ਨੂੰ ਫਾਇਦਾ ਹੁੰਦਾ ਅਸੀਂ ਇਹਦੇ ਵਿੱਚ ਕੋਈ ਆਪਣੀ ਇੰਨੇ ਮਿਲੀਅਨਰ ਬਾਬੇ ਬੂਬੇ ਨਹੀਂ ਬਣਨਾ ਹੈ ਅਸੀਂ ਸਿੱਧੇ ਬੰਦੇ ਹਾਂ ਅਸੀਂ ਇੰਨੇ ਚੰਗੇ ਵੀ ਨਹੀਂ ਗੇ ਪਰ ਕੋਸ਼ਿਸ਼ ਕਰਦੇ ਵੀ ਚੰਗਾ ਕੰਮ ਕਰੀਏ ਸੋ ਸਾਡੀ ਜਿਹੜੀ ਟੀਮ ਆ ਪੰਜਾਬ ਦੇ ਵਿੱਚ ਆ ਭਾਈ ਅਮਰਪ੍ਰੀਤ ਸਿੰਘ ਚੜ੍ਹਦੀ ਕਲਾ ਸੇਵਾ ਕਰ ਰਹੇ ਜਿਹੜੇ ਸਾਡੇ ਸੇਵਾਦਾਰ ਲੱਗੇ ਰੋਡ 'ਤੇ ਦਿਨ ਦਿਹਾੜੀ ਅਸੀਂ ਆਪਣੇ ਵੱਲੋਂ ਤਹਿ ਦੇ ਲੋਕ ਧੰਨਵਾਦ ਕਰਦੇ ਉਹਨਾਂ ਦਾ ਕਿਉਂਕਿ ਉਹ ਬਹੁਤ ਹੀ ਦੇਖੋ ਆਪਣਾ ਘਰ ਘਰ ਛੱਡ ਕੇ ਨੌਜਵਾਨ ਮੂਹਰੇ ਹੋ ਕੇ ਸੇਵਾ ਕਰ ਰਹੇ ਆ ਅਤੇ ਬਜ਼ੁਰਗ ਵੀ ਕਰ ਰਹੇ ਆ ਇਹਨੂੰ ਕਹਿੰਦੇ ਆ ਸਿੱਖੀ ਇੱਕ ਪਾਸੇ ਸਾਡੇ ਉੱਪਰ ਲਾਠੀ ਚਾਰਜ ਜਾਂ ਸਾਡੇ ਉੱਪਰ ਉਹ ਪਾਣੀ ਪਾ ਰਹੇ ਆ ਪੁਲਸੀਏ ਦੂਜੇ ਪਾਸੇ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਰਹੇ ਹਾਂ ਜਦੋਂ ਸਾਨੂੰ ਕਹਿੰਦੇ ਭਾਈ ਤੁਸੀਂ ਕਿਉਂ ਜਾਂਦੇ ਰਾਤ ਜਿਸ ਲੰਗਰ ਚਲਾਉਣ ਤੁਸੀਂ ਕਿਉਂ ਚਲਾਉਂਦੇ ਤੁਸੀਂ ਉੱਥੇ ਕਿਉਂ ਚਲਾਉਂਦੇ ਕਿਉਂਕਿ ਸਾਨੂੰ ਕੋਈ ਦੁਸ਼ਮਣ ਦਿਸਦਾ ਇੱਕ ਸਾਡੀ ਬਹੁਤ ਵੱਡਾ ਇੱਕ ਹਥਿਆਰ ਆ ਜਿਹੜੀ ਇਨਸਾਨੀਅਤ ਉਹ ਹੈਗੀ ਸੇਵਾ ਸਾਡੀ ਸੇਵਾ ਤੋੜਨ ਲਈ ਸਾਨੂੰ ਸਾਡੇ ਦੁਸ਼ਮਣਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਤੁਸੀਂ ਉਹਨੂੰ ਕਾਹਲੇ ਲੰਗਰ ਛਕਾਉਂਦੇ ਹੋ ਉਹ ਤਾਂ ਮੁਸਲਮਾਨ ਆ ਉਹ ਤਾਂ ਈਸਾਈ ਆ ਉਹ ਤਾਂ ਅਤੇ ਗੁਰੂ ਨਾਨਕ ਜੀ ਨੇ ਨਹੀਂ ਕਿਹਾ ਸੀਗਾ ਵੀ ਲੰਗਰ ਇਕੱਲੇ ਸਿੱਖਾਂ ਅਤੇ ਹਿੰਦੂਆਂ ਨੂੰ ਛਕਾਓ ਲੰਗਰ ਸਾਰਿਆਂ ਲਈ ਆ ਲੰਗਰ ਅਸੀਂ ਇੱਕ ਪਾਸੇ ਪੁਲਸੀਏ ਬੈਠੇ ਭੁੱਖੇ ਆ ਦੂਜੇ ਪਾਸੇ ਤੁਸੀਂ ਆ ਸੋ ਲੰਗਰ ਨਹੀਂ ਰੁਕਣ ਦੇਣਾ ਮੈਂ ਮੈਸੇਜ ਪਹਿਲਾਂ ਵੀ ਭੇਜਿਆ ਸੀ ਆ ਪੇਜ 'ਤੇ ਅਮਰਪ੍ਰੀਤ ਸਿੰਘ ਹੋਣਾ ਨੇ ਚੜ੍ਹਦੀ ਕਲਾ ਲੰਗਰ ਲਾਇਓ ਆ ਤੁਹਾਡੀ ਟੀਮ ਨੇ ਮੂਹਰੇ ਹੋਰ ਵੀ ਲੱਗੂਗੇ ਚਾਹ ਪਾਣੀ ਦਾ ਪ੍ਰੋਗਰਾਮ ਦਿੱਲੀ ਵੀ ਹੁਣ ਪਾਣੀ ਸਾਫ਼ ਪਾਣੀ ਵੀ ਆ ਰਿਹਾ ਮੂਹਰੇ ਸਾਨੂੰ ਰਿਕੁਐਸਟ ਆਈ ਸੀ ਸਾਫ਼ ਪਾਣੀ ਜਦ ਉਹ ਵੀ ਆ ਰਿਹਾ ਅਸੀਂ ਜੋ ਕਰ ਸਕਦੇ ਕਰਾਂਗੇ ਤੁਹਾਡੇ ਸਾਥ ਦੇ ਨਾਲ ਪਰ ਸਾਰਾ ਤੁਸੀਂ ਜੋ ਕੀਤਾ ਅੱਜ ਕਾਨੂੰਨੀ ਹੇਠ ਕੀਤਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਅਸੀਂ ਇਹੀ ਕਹਿੰਦੇ ਹਾਂ ਭਾਈ ਤੁਸੀਂ ਇੱਦਾਂ ਹੀ ਚੜ੍ਹਦੀ ਕਲਾ ਰਹੋ ਤੁਹਾਡੇ ਨਾਲ ਸਾਰਾ ਦੁਨੀਆ ਤੁਹਾਡੇ ਨਾਲ ਜੁੜੀ ਹੋਆ ਅਤੇ ਤੁਹਾਡੇ ਜਿਹੜੀ ਭਾਈ ਫੁੱਟ ਪਾਉਣ ਨੂੰ ਵਿੱਚ ਪਾਏ ਜਾਊਗੇ ਐਸ ਦੇਖੋ ਕੱਲ੍ਹ ਤੋਂ ਲੱਗ ਕੇ ਹੁਣ ਸ਼ੁਰੂ ਹੋ ਗਈਆਂ ਭਾਈ ਜਿਹੜੀਆਂ ਏਜੰਸੀਆਂ ਨਿਊਜ਼ ਦੀਆਂ ਏਜੰਸੀਆਂ ਜਿਹੜੇ ਭਾਈ ਸਾਡੇ ਖਿਲਾਫ਼ ਆ ਪੰਜਾਬ ਦੇ ਖਿਲਾਫ਼ ਆ ਕਹਿਣ ਲੱਗ ਪਏ ਵੀ ਤਾਂ ਖਾਲਿਸਤਾਨੀ ਆ ਗਏ ਆ ਇਹ ਆਤੰਕਵਾਦ ਆ ਗਏ ਆ ਇਹਨਾਂ ਨੇ ਸ਼ੁਰੂ ਕਰ ਦਿੱਤਾ ਆਪਣਾ ਪ੍ਰੋਪਾਗੈਂਡਾ ਪਰ ਜਿਹੜੀ ਸਾਡੀ ਸੇਵਾ ਆ ਸਾਡੀ ਜਿਹੜੀ ਇਨਸਾਨੀਅਤ ਆ ਜਿਹੜੀ ਸਾਡੀ ਸ਼ਰਧਾ ਆ ਅਸੀਂ ਕੀ ਕਰਨ ਉੱਥੇ ਗਏ ਹਾਂ ਇਹ ਨਹੀਂ ਅਸੀਂ ਭੁੱਲਣਾ ਜਿੱਦਾਂ ਪਹਿਲਾਂ ਵੀ ਗੋਰਿਆਂ ਸਮਿਆਂ ਦੇ ਵਿੱਚ ਸਾਡੇ ਜਸੇ ਜਾਂਦੇ ਸੀਗੇ ਗੁਰਦੁਆਰੇ ਨੂੰ ਜਿੱਦਾਂ ਭਾਈ ਆਜ਼ਾਦ ਕਰਨਾ ਲਾਠੀਆਂ ਪੈਂਦੇ ਚੁੱਪ ਕਰਕੇ ਸਿਮਰਨ ਕਰਦੇ ਸੀਗੇ ਸਾਰੀ ਦੁਨੀਆ ਦੇਖਦੀ ਸੀ ਭਾਈ ਇਹ ਕੌਣ ਆ ਲੋਹੇ ਦੇ ਬੰਦੇ ਉਹੀ ਲੋਹਾ ਸਾਡੇ ਵਿੱਚ ਅੱਜ ਆ ਪਰ ਤੁਸੀਂ ਜਿਹੜੇ ਵਿੱਚ ਸਾਡੇ ਕੰਮ ਖਰਾਬ ਕਰੋਗੇ ਉਹ ਪਹਿਚਾਨਣੇ ਆ ਸਾਡੇ ਪੰਜਾਬੀਆਂ ਦੇ ਖਿਲਾਫ਼ ਕਿਸਾਨਾਂ ਦੇ ਖਿਲਾਫ਼ ਇੱਕ ਬਹੁਤ ਭਾਰੀ ਮੂਵਮੈਂਟ ਸ਼ੁਰੂ ਹੋ ਰਹੀ ਆ ਜੇ ਤੁਹਾਨੂੰ ਗਲਤ ਅੱਤਵਾਦੀ ਕਹਿਣਾ ਸ਼ੁਰੂ ਹੋ ਗਿਆ ਅਸੀਂ ਚੈਲੰਜ ਕਰ ਰਹੇ ਹਾਂ ਇੱਥੋਂ ਬੈਠੇ ਅਸੀਂ ਬਹੁਤ ਚੈਲੰਜ ਕਰ ਰਹੇ ਹਾਂ ਆਪਣੇ ਫੇਸਬੁੱਕ 'ਤੇ ਟਵਿੱਟਰ 'ਤੇ ਅਸੀਂ ਜੋ ਤੁਸੀਂ ਨਹੀਂ ਉੱਥੇ ਕਰ ਸਕਦੇ ਕਿਉਂਕਿ ਤੁਸੀਂ ਉੱਧਰ ਲੱਗੇ ਹੋ ਪ੍ਰੋਟੈਸਟ ਸਾਡੀ ਡਿਊਟੀ ਆ ਜਿਹੜੇ ਵੀ ਬੈਠੇ ਸਾਡੇ ਇਸ ਵੇਲੇ ਸਾਡਾ ਇਹ ਮੈਸੇਜ ਸੁਣਦੇ ਆ ਤੁਸੀਂ ਫੇਸਬੁੱਕ 'ਤੇ ਆ ਇੰਸਟਾਗ੍ਰਾਮ 'ਤੇ ਆ ਟਵਿੱਟਰ 'ਤੇ ਆ ਤੁਸੀਂ ਆਪਣੇ MP ਨੂੰ ਆਪਣੇ ਜਿਹੜੇ ਲੋਕਲ ਤੁਹਾਡੇ
ਹੋਰ ਵੀ ਜਿਹੜੇ ਬਹੁਤ ਇੰਪੋਰਟੈਂਟ ਬੰਦੇ ਕਹਿ ਸਕਦੇ ਪ੍ਰਾਈਮ ਮਿਨਿਸਟਰ ਹੋਣ, ਪ੍ਰੈਜ਼ੀਡੈਂਟ ਹੋਣ, ਕੋਈ ਫਾਰਮਿੰਗ ਦੇ ਯੂਨੀਅਨ ਲਿੰਕ ਕਰੋ। ਕੈਨੇਡਾ ਵਿੱਚ ਚੜ੍ਹਦੀ ਕਲਾ ਹੋ ਰਿਹਾ ਪ੍ਰੋਗਰਾਮ ਇਸ ਵੇਲੇ, ਤੁਸੀਂ ਟੈਗ ਕਰ ਰਹੇ ਹੋ ਸਾਰੀ ਦੁਨੀਆ 'ਚ, ਕਿਉਂਕਿ ਜਿਹੜੇ ਸਾਡੇ ਇਸ ਵੇਲੇ ਸ਼ੰਗਾਲ 'ਚ ਬੈਠੇ ਆ ਉਹ ਨਹੀਂ ਕਰ ਸਕਦੇ ਕਈ ਵਾਰੀ, ਪਰ ਅਸੀਂ ਇੱਥੇ ਕਰ ਸਕਦੇ ਹਾਂ। ਉਹਨਾਂ ਦੀ ਆਵਾਜ਼ ਬਣੋ, ਪਰ ਅਸੀਂ ਕਾਨੂੰਨ ਹੀ ਤੋੜਨਾ। ਸਾਡੇ ਨਾਲ ਹਰਿਆਣਾ ਜੁੜਿਆ ਆ, ਦਿੱਲੀ ਵਾਲੇ ਲੋਕ ਵੀ ਜੋੜਨ ਲੱਗ ਪਏ ਆ। ਅਸੀਂ ਵੀ ਇਹ ਮੈਸੇਜ ਭੇਜਿਆ ਸਾਰੀ ਦੁਨੀਆ ਨੂੰ, ਇੰਡੀਆ ਨੂੰ ਵੀ ਅਤੇ ਦਿੱਲੀ ਨੂੰ ਵੀ, ਵੀ ਤੁਸੀਂ ਕਿਸਾਨਾਂ ਨੂੰ ਆ ਕੇ ਪਿਆਰ ਦਿਖਾ ਲਓ, ਆਪਣਾ ਸਪੋਰਟ ਦਿਖਾ ਲਓ, ਚਾਹ ਪਾਣੀ ਪੁੱਛੋ, ਜਿੱਥੇ ਮਦਦ ਕਰ ਸਕਦੇ ਮਦਦ ਕਰੋ। ਜਿਹੜੀ ਮਦਦ ਕਰ ਰਹੇ ਅਸੀਂ ਧੰਨਵਾਦੀ ਹਾਂ, ਪਰ ਜ਼ਰੂਰ ਸਾਵਧਾਨ ਰਹਿਣਾ। ਆਹ ਜਿਹੜਾ ਪੇਜ ਮੈਂ ਮਸ਼ਹੂਰੀ ਕੀਤੀ ਆ, ਸ਼ੇਅਰ ਕਰੋ, ਇਹ 'ਤੇ ਜਿੱਥੇ ਵੀ ਤੁਸੀਂ ਬੈਠੇ ਆ ਦੱਸੋ ਕੀ ਲੋੜ ਆ। ਕਈ ਮੈਂ ਦੇਖਿਆ ਟਰੈਕਟਰ ਠੀਕ ਆਉਂਦੇ, ਮਕੈਨਿਕ ਮੋਹਰੇ ਆ ਰਹੇ ਆ, ਅਸੀਂ ਧੰਨਵਾਦੀ ਹਾਂ। ਉਹ ਵੀ ਕਰ ਰਹੇ ਵੀ ਅਸੀਂ ਠੀਕ ਕਰਾਂਗੇ ਤੁਹਾਡੇ ਟਰੈਕਟਰ ਜੇ ਖਰਾਬ ਹੋ ਗਏ। ਜਿੱਥੇ ਵੀ ਤੁਸੀਂ ਮਕੈਨਿਕ ਆ, ਜੇ ਤੁਸੀਂ ਮਕੈਨਿਕ ਆ ਸਾਨੂੰ ਮੈਸੇਜ ਭੇਜ ਸਕਦੇ ਆ। ਖਾਲਸਾ ਇੰਡੀਆ ਪੇਜ ਆ, ਖਾਲਸਾ ਇੰਟਰਨੈਸ਼ਨਲ ਪੇਜ ਆ, ਮੇਰਾ ਪੇਜ ਆ, ਵੀ ਤੁਸੀਂ ਮੋਹਰੇ ਹੋ ਕੇ ਸੇਵਾ ਕਰਨੀ ਚਾਹੁੰਦੇ। ਕੋਈ ਡਾਕਟਰ ਹੋਵੇ, ਜਿਹੜੀ ਮਨ ਜਥੇਬੰਦੀ ਹੋਵੇ, ਅੱਜ ਸਾਰੇ ਜਥੇਬੰਦੀਆਂ ਦਾ ਸਾਨੂੰ ਸਾਰਿਆਂ ਦੀ ਲੋੜ ਆ। ਅਸੀਂ ਨਹੀਂ ਕਹਿੰਦੇ ਭਾਈ ਖਾਲਸਾ ਚੰਗਾ, ਦੇਖੋ ਜੀ ਸਾਰਾ ਕੁਛ ਖਾਸ ਨਹੀਂ, ਇਹ ਜੋ ਕਰ ਰਹੇ, ਜੋ ਇਸ ਵੇਲੇ ਹੋ ਰਿਹਾ ਇਹ ਸੰਗਤ ਕਰ ਰਹੀ ਆ। ਇੱਕ ਜਥੇਬੰਦੀ ਨਹੀਂ ਕਰ ਰਹੇ, ਇੱਕ ਜਥੇਬੰਦੀ ਕਰ ਰਹੀ, ਇੱਕ ਕੌਮ ਕਰ ਰਹੀ ਆ। ਜੇ ਤੁਹਾਨੂੰ ਦਿਸਦਾ ਵੀ ਚੰਗਾ ਸੇਵਾ ਕਰਦਾ, ਉਹਦੀ ਲਾਭ ਤੁਸੀਂ ਫੋਟੋਆਂ ਲਾਵੋ, ਉਹਦਾ ਤੁਸੀਂ ਫੇਸਬੁੱਕ 'ਤੇ ਲਾਓ, ਦੇਖੋ ਜੀ ਇਹ ਕੁੜੀ ਮੁੰਡਾ ਪਿੰਡ 'ਚੋਂ ਆ ਕੇ ਸੇਵਾ ਕਰ ਰਹੇ ਆ। ਇੱਕ ਦੂਜੇ ਦਾ ਸਾਥ ਦੇਵੋ, ਜਿੱਥੇ ਵੀ ਲੋੜ ਆ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਹਾਡੇ ਲਈ ਪਹੁੰਚਣ ਲਈ, ਪਰ ਕਈ ਵਾਰ ਔਖਾ ਹੁੰਦਾ ਕਿਉਂਕਿ ਰੋਡ ਵੀ ਬਹੁਤ ਭਾਰੇ ਬੰਦ ਆ, ਪੁਲਿਸ ਵੀ ਬਹੁਤ ਲੱਗੀ ਹੋ ਆ। ਪਰ ਇਹ ਪੇਜ ਜਿਹੜਾ ਅਸੀਂ ਸ਼ੇਅਰ ਕੀਤਾ ਆ, ਇਹਦੇ ਉੱਪਰ ਸ਼ਾਇਦ ਇਨਫੋਰਮੇਸ਼ਨ ਕਰ ਸਕਦੇ ਅਸੀਂ ਸ਼ੇਅਰ, ਕਿੱਥੇ ਕੋਈ ਡਾਕਟਰ ਬੈਠਾ ਹੋਵੇ, ਕੋਈ ਕਾਰ ਦਾ, ਕੋਈ ਟਰੈਕਟਰ ਦਾ ਮਕੈਨਿਕ ਬੈਠਾ ਹੋਵੇ, ਕਿਸੇ ਦੇ ਭਾਈ ਕਹਿ ਲਓ ਪਾਣੀ ਨਾਲ ਕੰਬਲ ਕੱਪੜੇ ਗਿੱਲੇ ਹੋ ਗਏ, ਕੱਪੜੇ ਕਿੱਦਾਂ ਚੇਂਜ ਕਰਨੇ। ਸੋ ਉਹ ਸਾਰਾ ਕੁਛ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਪਿੱਛਿਓਂ ਤੁਹਾਡੀ ਇੱਕ ਸਪੋਰਟ ਦੀ ਇੱਦਾਂ ਵੀ ਰੇਹ ਦੀ ਹੱਡੀ ਬਣੀ ਹੈ। ਪਰ ਜਿਹੜੇ ਮੋਹਰੇ ਇਸ ਵੇਲੇ ਆ ਸੰਗਤ ਆ, ਇਹ ਨਹੀਂ ਭਾਈ ਹੁਣ ਮੋਹਰੇ ਹੋ ਗਏ, ਸੰਗਤ ਨੇ ਧੱਕੇ ਖਾਧੇ, ਲਾਠੀ ਚਾਰਜ ਹੋਏ, ਪਾਣੀ ਪਿਆ, ਟੇਅਰ ਗੈਸ ਸੰਜੂ ਦੀ ਗੈਸ ਲੱਗੀ ਸਾਡੇ, ਤਾਂ ਜਾ ਕੇ ਆ ਗਏ ਕਿਸਾਨ ਯੂਨੀਅਨ ਦੇ ਜਿਹੜੇ ਵੱਡੇ ਮੋਹਰੇ ਲੀਡਰ ਆ, ਉਹਨਾਂ ਨੇ ਜਿਹੜੀ ਕਿਸਾਨਾਂ ਦੀ ਗੱਲ ਸੁਣਨੀ ਪੈਣੀ ਆ। ਉਹ ਹੁਣ ਇਸ ਵੇਲੇ ਮੋਹਰੇ ਹੋ ਕੇ ਇਕੱਲੇ ਗੱਲ ਨਹੀਂ ਕਰ ਸਕਦੇ, ਜਿਹੜੇ ਮੋਹਰੇ ਸਾਡੇ ਸੈਲੈਬ੍ਰਿਟੀ ਹੋਏ ਹੋ ਆ, ਅਦੀਪ ਸਿੱਧੂ ਵਰਗੇ ਹੋਏ ਹੋ ਆ, ਲੱਖੇ ਵਰਗੇ ਹੋਏ ਹੋ, ਹੋਰ ਵੀ ਕਿੰਨੇ ਮੋਹਰੇ ਜਿਹੜੇ ਸਿੰਗਰ ਵੀ ਆਏ ਆ। ਆ ਦੇਖੋ ਬਾਬਾ ਰਣਜੀਤ ਬਾਵੇ ਨੇ ਕਿੰਨਾ ਕੁਛ ਕੀਤਾ ਸੀਗਾ ਮੋਹਰੇ ਹੋ ਕੇ, ਬਹੁਤ ਸਿੰਗਰਾਂ ਨੇ ਕੀਤਾ। ਜਿਹੜੇ ਮੋਹਰੇ ਲੱਗੇ ਉਹਨਾਂ ਨੂੰ ਵੀ ਸਲਾਹ ਲੈਣੀ ਪੈਣੀ ਆ ਕਿਸਾਨ ਯੂਨੀਅਨ ਨੂੰ। ਇਹ ਨਹੀਂ ਭਾਈ ਸਾਰੀ ਸੰਗਤ ਚਲ ਗਈ ਅਤੇ ਜਾ ਕੇ ਦੋ ਤਿੰਨ ਲੀਡਰ ਜਾ ਕੇ ਬੈਗ ਗਏ ਚਾਹ ਦਾ ਕੱਪ ਪੀ ਗਏ। ਇਹ ਵੀ ਤੁਸੀਂ ਖਿਆਲ ਰੱਖਣਾ। ਪਰ ਜੋ ਕਰਨਾ ਅਸੀਂ ਕਾਨੂੰਨੀ ਕਰਨਾ, ਗੈਰ ਕਾਨੂੰਨੀ ਕੰਮ ਨਹੀਂ ਕਰਨਾ, ਸ਼ਾਂਤ ਮਾਈ ਨਾਲ ਕਰਨਾ, ਕਿਉਂਕਿ ਇਸ ਵੇਲੇ ਤੁਹਾਡੇ ਉੱਪਰ ਨਿਗਾਹ ਆ ਭਾਈ ਇਹ ਜਿਹੜੀ ਮੂਵਮੈਂਟ ਇੰਨੀ ਤਕੜੀ ਕਿੱਦਾਂ ਹੋ ਗਈ ਆ, ਇਹ ਕਿੱਦਾਂ ਦਿੱਲੀ ਤੱਕ ਪਹੁੰਚ ਗਈ ਆ, ਇਹਨੂੰ ਪ੍ਰੋਪਾਗੈਂਡਾ ਕਰਕੇ ਕਿੱਦਾਂ ਤੋੜਨਾ। ਤਾਂ ਹੀ ਕੱਲ੍ਹ ਤੋਂ ਦੇਖਿਆ ਜਿਹੜੀਆਂ ਇੰਡੀਆ ਦੀਆਂ ਮੋਸਟ ਜਿਹੜੀਆਂ ਨਿਊਜ਼ ਖਬਰ ਦੇ ਚੈਨਲ ਆ, ਉਹ ਤੁਹਾਨੂੰ ਸਾਰਿਆਂ ਨੂੰ ਖਾਲਿਸਤਾਨੀ, ਆਤੰਕਵਾਦੀ, ਕ੍ਰਿਮੀਨਲ ਇੱਦਾਂ ਦੇ ਲੇਬਲ ਲਾਈ ਜਾਂਦੇ ਆ। ਸੋ ਚੜ੍ਹਦੀ ਕਲਾ ਰਹੋ, ਇਹ ਨਾ ਸੋਚੋ ਤੁਸੀਂ ਇਕੱਲੇ ਆ। ਮੈਂ ਫਿਰ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹੜੇ ਇਸ ਵੇਲੇ ਸੇਵਾ ਕਰ ਰਹੇ ਆ ਤੁਹਾਡੀ ਸਾਰਿਆਂ ਦੀ। ਜਿੱਥੇ ਕੋਈ ਲੋੜ ਆਵੇ ਅਸੀਂ ਮਦਦ ਕਰ ਸਕਦੇ ਹਾਂ, ਤੁਹਾਡੇ ਨਾਲ ਆ, ਤੁਸੀਂ ਇਕੱਲੇ ਨਹੀਂ ਗਏ। ਕਈ ਵਾਰੀ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਿਹਾ ਔਖਾ ਹੁੰਦਾ ਪਹੁੰਚਣਾ, ਪਰ ਅਸੀਂ ਕੋਸ਼ਿਸ਼ ਨਹੀਂ ਕਦੀ ਕਰਨੋਂ ਹੱਟਦੇ। ਜੇ ਅਸੀਂ ਇਰਾਕ ਦੇ ਸੀਰੀਆ ਦੇ ਬੋਰਡਰ 'ਚ ਪਹੁੰਚ ਸਕਦੇ ਹਾਂ ਅਤੇ ਮੈਂ ਖਿਆਲ ਆ ਅਸੀਂ ਤੁਹਾਡੇ ਕੋਲ ਵੀ ਪਹੁੰਚ ਸਕਦੇ ਹਾਂ, ਜਿੰਨਾ ਮਰਜ਼ੀ ਔਖਾ ਹੋਵੇ ਸਮਾਂ ਅਸੀਂ ਪਹੁੰਚ ਸਕਦੇ ਹਾਂ। ਪਰ ਜਿਹੜੀਆਂ ਦੂਜੇ ਜਥੇਬੰਦੀਆਂ, ਮੈਂ ਇਹ ਅਪੀਲ ਕਰਦਾ ਅੱਜ ਇਹ ਤੂੰ ਤੂੰ ਮੈਮਾਂ ਦੀ ਗੱਲ ਨਹੀਂ ਗੀ, ਸਪੈਸ਼ਲ ਜਿਹੜੀਆਂ ਨਿੱਕੀਆਂ ਜਥੇਬੰਦੀਆਂ ਜਾਂ ਸੇਵਾ ਗਰੁੱਪ ਪੰਜਾਬ ਤੋਂ ਆਇਓ ਆ, ਤੁਸੀਂ ਸਾਡੇ ਪੇਜ 'ਤੇ ਮੈਸੇਜ ਭੇਜ ਜਿਹੜਾ ਮੈਂ ਪੇਜ ਹੁਣ ਇੱਥੇ ਮਸ਼ਹੂਰੀ ਕਰ ਰਿਹਾ, ਉੱਥੇ ਲਿੰਕ ਭੇਜੀਓ ਆ ਅਤੇ ਉਹਦੇ 'ਤੇ ਭੇਜ ਦਿਓ ਤੁਸੀਂ ਕੌਣ ਆ, ਤੁਹਾਡਾ ਕੋਂਟੈਕਟ ਨੰਬਰ, ਤੁਸੀਂ ਕਿੱਥੇ ਸੇਵਾ ਕਰ ਰਹੇ ਇਸ ਵੇਲੇ, ਅਤੇ ਅਸੀਂ ਇੱਕ ਪੇਜ ਬਣਾ ਦੇਵਾਂਗੇ ਆਪਣੇ ਲਈ ਇੱਕ ਡਾਕੂਮੈਂਟ ਵੀ ਕਿਹੜੇ ਏਰੀਏ 'ਚ ਕਿਹੜੇ ਗਰੁੱਪ ਆਏ ਆ, ਕੀ ਕੋਂਟੈਕਟ ਨੰਬਰ ਆ, ਕਿੰਨੇ ਮੈਂਬਰ ਆ, ਉਹਨਾਂ ਕੋਲ ਕੋਈ ਸਪੈਸ਼ਲਿਸਟ ਹੈਗਾ ਕਿ ਨਹੀਂ। ਕਈ ਵਾਰੀ ਡਾਕਟਰ ਹੁੰਦਾ, ਮਕੈਨਿਕ ਹੁੰਦਾ, ਹੁਣ ਤੁਸੀਂ ਲੰਗਰ ਪਾਣੀ ਚਲਾ ਰਹੇ ਹਾਂ, ਅਸੀਂ ਫਿਰ ਇਹ ਸਾਰਾ ਕੁਛ ਮੂਹਰੇ ਹੋ ਕੇ ਇੱਕ ਕੋਆਰਡੀਨੇਟ ਕਰ ਸਕਦੇ ਹਾਂ ਵੀ ਇੱਕ ਔਰਗਨਾਈਜ਼ ਹੋਵੇ। ਸੋ ਲੰਗਰ ਚੱਲੀ ਜਾਣਾ, ਲੰਗਰ ਨਹੀਂ ਅਸੀਂ ਰੋਕਣ ਦੇਣਾ। ਸੋ ਤੁਸੀਂ ਆਪਣੇ ਵੱਲੋਂ ਇਹੀ ਖਿਆਲ ਰੱਖਣਾ ਆਪਣਾ, ਅਤੇ ਸਾਡੇ ਸਾਰਿਆਂ ਵੱਲੋਂ ਜਿਹੜੇ ਅਸੀਂ ਸਾਡੇ ਮੈਨੂੰ ਜਾਣ ਪਛਾਣ ਵਿੱਚ ਹੈਗੇ ਆ, ਸਾਡੇ ਖਾਲਸਾ ਦੀ ਟੀਮ ਆ,
साढ़े अपने घर वाले आज तुम यही कहना चाहते हैं तो साढ़े दिल च बहुत प्यार आ जो तुम कर रहे हैं कोई कोई कर सकता सदा ही साढ़े उपर यह औखे समय आए आ तो सदा ही असी चढ़ती कला जंगलों को लग के अज रोडा च खड़े आ गए मुड़ के फिर उ गल आई जाती घड़ी घड़ी भी साड़ी कौम असी पंजाबी साढ़े भी की आ कौन आ एक किदा के लोहे के बंदे आ बीबिया आ बजुर्ग आ उत्थे आके रोड से बैठे पानी भी गिला ठंडा पाता गिले कपड़े कर दते तभी चढ़ती कला पर कानूनी कानून नहीं तोड़ना जो तुम उ कर रहे हैं हूँ सारे उत्ते दिल्ली भी हिल गई आते इंडिया भी हिली जाती है इंडिया के लोग सारे हम धर्म हिंदू हो मुसलमान हो सिख हो सारे थोड़े नाल आडे नाल आ क्योंकि तुम अपनी एक सेवा दिखा रहे हैं तुम किसी माड़ा नहीं बोल रहे ना तो माड़ा बोलो कई बार खबर वाले आते हैं वह तुम भड़काऊगे उन्हें कहना तुम मोदी खिलाफ आह कहो तुम उन्होंने आह गाल क्डो तुम ये क्डो थोड़े की आ हाँ गुस्सा हैगा जोश हैगा पर होश ना जवाब देवो अपने आप जो थोड़ी ये प्राप्ति थोड़ी इस वेले हुई वा भी कहते भी फतेह हो गई है विक्टरी हो गई है जित तो ताकि पहला ही हो गई है तुम दिल्ली पहुँच गया उन्हें क्या दिल्ली पहुँच नहीं देना हूँ जो मर्जी हो जाए यह जित के लैके नहीं जा सकता कोई पर असी इस वेले एक कदम चुकिया सारे तुम वो असी रिस्पैक्ट करते हैं कानूनी तौर पर असी थोड़े ना बिल्कुल खड़े हाँ थोड़े असी बिल्कुल जो भी थोड़ा कोई लोड़ हो जो कोई चीज़ असी कुछ अपने वो कुछ कर सकते हैं इसको बिल्कुल करा पर तुम चढ़ती कला रहना एक दूजे की मदद करनी तो असी भी हम सोच रहे हैं होर प्रोग्राम अभी तेरे की कर सकते हैं तुम आइडिया देने हो पेज पर दे सकते हो पेज पर असी पोस्ट करा जो थोड़े कोई आइडिया है सानू देवो असी देखते हैं भी होर कुछ कर सकते हैं जड़िया चलाकियां करने चाहते पेज पर असी ब्लॉक कर देने सो वो तुम्हें पता है उत्थे तो बंदे रखे उन्होंने झूठ बोलने लिए फेसबुक से तो होर जिदा भाई इंस्टाग्राम से ट्विटर से साढ़े खिलाफ थोड़े खिलाफ पर तुसी जो किया अभी सोचा नहीं भाई इन्ने चढ़ती कला तुम कर सकते रहो चढ़ती कला थोड़े ना सारी असि दुनिया खड़ी आ खालसा एड हर कदम थोड़े खड़े आ तो फिर मैं कहना चाहता जो भाई खालसा एड की टीम आ जो पिंड सेवा कर रहे हैं बिल्कुल साढ़े दिल की धड़कन इन्ना प्यार प्यार ना श्रद्धा ना सेवा कर रहे इन्ने औखे समय में सो